ਹੈ ਬੇਟੇ ਉਸੀ ਕੇ ਸਰਦਾਰ ਜੰਨਤ ਤੁਮਾਂ ਕੀ ਖੈਰ ਨਿਸ਼ਾ ਬਣ ਗਈ ਹੈ ਤੁਮਾਂ ਕੀ ਖੈਰ ਨਿਸ਼ਾ ਬਣ ਗਈ ਹੈ ਤੇਰੀ ਜੋ ਅਜ਼ਮਤ ਕੋ ਕਿਆ ਨਾਮ ਦੂੰ ਮੈਂ ਕਹੀਂ ਆਮ ਨਾ ਹੈ ਕਹੀਂ ਫਾਤਿਮਾ ਹੈ ਦੁਰੂ ਤਾਨੇ ਫਰਹਾਨ ਅਲੀ ਸਾਹਿਬ ਕੀ ਤਰਫ ਸੇ ਉਨਕੇ ਅਜ਼ੀਜ਼ ਹੈ ਅਲੀ ਮੁਰਤਜ਼ਾ ਵੋ ਮਨਕਬਤ ਕੇ ਲੀਏ ਤਸ਼ਰੀਫ ਲਾ ਰਹੇ ਆਓ ਬੇਟਾ ਇਨਕੇ ਬਾਅਦ ਕਾਜ਼ੀ ਵਸੀਮ ਸਾਹਿਬ ਮੈਂਬਰ ਪੇ ਤਸ਼ਰੀਫ ਲੈ ਆਏ ਬੇਟਾ ਉਹਨਾਂ ਨੇ ਕਿਹਾ ਉਧਰ ਆਪਕੇ ਬਾਅਦ ਪੜ੍ਹੇਂਗੇ ਬਾਅਦ ਕਾਜ਼ੀ ਕੇ ਬਾਅਦ ਪੜ੍ਹਾ ਰਹੇ ਹੈ ਬਰ ਮੁਹੰਮਦ ਵਾਲੇ ਮੁਹੰਮਦ ਸਲਾਵਾਤ ਐ ਸੁਣੀ ਜੈਸੇ ਜਸ਼ਨ ਕਾ ਮਾਹੌਲ ਹੈ ਜਸ਼ਨ ਸੁਣਨੇ ਕਾ ਜੈਸੇ ਹੱਕ ਹੋਤਾ ਹੈ ਉਸ ਤਰ੍ਹਾਂ ਬੁਲੰਦ ਆਵਾਜ਼ ਸੇ ਦਰੂਦ ਪੜ੍ਹੇ ਅੱਲਾਹੁਮਾ ਸੱਲਿ ਅਲਾ ਮੁਹੰਮਦ ਵਾਲੇ ਮੁਹੰਮਦ ਆਜ ਕਾ ਯੇ ਜਸ਼ਨ ਬੜੀ ਅਜ਼ੀਮ ਮਾਸ ਮਨਸੂਬ ਹੈ ਜਨਾਬ ਬੀਬੀ ਫਾਤਿਮਾ ਬਿਨਤੇ ਅਸਦ ਉਸ ਅਜ਼ੀਮ ਮਾਂ ਕੇ ਅਜ਼ੀਮ ਬੇਟੇ ਕੇ ਇਨ ਅਜ਼ੀਮ ਦੀਵਾਨੋ ਕੀ ਖਾਤਰ ਇੱਕ ਮਨਕਵਤ ਕੇ ਬਿਲਕੁਲ ਚੰਦ ਅਸ਼ਾਰ ਪੇਸ਼ ਕਰੂੰ ਅਗਰ ਆਪ ਇਜਾਜ਼ਤ ਦੇ ਤੋ ਜੀ ਜੀ ਜ਼ਰੂਰ ਪੜ੍ਹੇ ਮੁਹੰਮਦ ਵਾਲੇ ਮੁਹੰਮਦ ਤੇ ਅੱਲਾਹੁਮਾ ਸੱਲਿ ਅਲਾ ਫਕੀਰੋ ਕਾ ਭੀ ਕਿਆ ਚਾਹੇ ਜਹਾਂ ਬਸਤੀ ਬਸਾ ਬੈਠੇ ਫਕੀਰੋ ਕਾ ਭੀ ਕਿਆ ਚਾਹੇ ਜਹਾਂ ਬਸਤੀ ਬਸਾ ਬੈਠੇ ਅਗਲੇ ਮਿਸਰੇ ਪੇ ਜ਼ਰੂਰ ਬੋਲਣਾ ਫਕੀਰੋ ਕਾ ਭੀ ਕਿਆ ਚਾਹੇ ਜਹਾਂ ਬਸਤੀ ਬਸਾ ਬੈਠੇ ਅਲੀ ਵਾਲੇ ਜਹਾਂ ਬੈਠੇ ਵਹੀਂ ਜੰਨਤ ਬਣਾ ਬੈਠੇ ਜਿਓ ਜਿਓ ਹੈਜ਼ਰੀ ਯਾਰ ਅਲੀ ਵਾਲੇ ਜਹਾਂ ਬੈਠੇ ਵਹੀਂ ਜੰਨਤ ਬਣਾ ਬੈਠੇ ਅਲੀ ਵਾਲੋ ਕਮਲ ਨਾ ਭੀ ਕੋਈ ਮਰਨੇ ਮੇ ਮਰਨਾ ਹੈ ਅਲੀ ਵਾਲੋ ਕਮਲ ਨਾ ਭੀ ਕੋਈ ਮਰਨੇ ਮੇ ਮਰਨਾ ਹੈ ਚਲੇ ਆਪਣੇ ਮਕਾਂ ਸੇ ਓਏ ਅਲੀ ਕੇ ਦਰ ਪੇ ਜਾ ਬੈਠੇ ਅਲੀ ਵਾਲੇ ਜਹਾਂ ਬੈਠੇ ਵਹੀਂ ਜੰਨਤ ਬਣਾ ਬੈਠੇ ਔਰ ਅਗਲਾ ਸ਼ੇਰ ਪੜ੍ਹਨੇ ਸੇ ਪਹਿਲੇ ਮੈਂ ਆਪਣੇ ਬੜੇ ਭਾਈ ਜਨਾਬ ਅਖੀਲ ਮੋਹਸਿਨ ਨਕਵੀ ਸਾਹਿਬ ਕੇ ਦੋ ਬੜੇ ਮਸ਼ਹੂਰ ਜੁਮਲੇ ਹੈ ਜਿਸ ਕਾ ਅਕੀਦਾ ਉਹ ਮੇਰੇ ਸਾਥ ਬੋਲੇ ਉਹ ਕਹਿਤੇ ਹੈ ਕਿ ਕਬਰ ਵਹਿਸ਼ਤ ਔਰ ਖੌਫ ਕੀ ਅਲਾਮਤ ਹੈ ਲੇਕਿਨ ਦੂਸਰੋ ਕੇ ਲੀਏ ਮੋਮਿਨ ਕੇ ਲੀਏ ਕਬਰ ਅਲੀ ਕੀ ਜ਼ਿਆਰਤ ਗਾਹ ਹੈ ਅਬ ਜਿਸ ਜਿਸ ਕਾ ਯੇ ਈਮਾਨ ਹੋਗਾ ਉਹ ਮੇਰੇ ਸਾਥ ਇਸ ਮਿਸਰੇ ਪੇ ਜ਼ਰੂਰ ਬੋਲੇ ਅਭੀ ਮੈਂ ਕਬਰ ਮੇਂ ਲੇਟਾ ਹੀ ਥਾ ਇੱਕ ਨੂਰ ਸਾ ਫੈਲਾ ਅਭੀ ਮੈਂ ਕਬਰ ਮੇਂ ਲੇਟਾ ਹੀ ਥਾ ਇੱਕ ਨੂਰ ਸਾ ਫੈਲਾ ਮੇਰੀ ਬਾਲੀ ਪਿਆ ਕਰ ਖੁਦ ਅਲੀ ਮੁਰਤਜ਼ਾ ਬੈਠੇ ਅਲੀ ਵਾਲੇ ਜਹਾਂ ਬੈਠੇ ਵਹੀਂ ਜੰਨਤ ਬਣਾ ਬੈਠੇ ਔਰ ਕਿਸੀ ਵੀ ਮਜਲਿਸ ਕੇ ਲੀਏ ਯਾ ਕਿਸੀ ਵੀ ਜਸ਼ਨ ਕੇ ਲੀਏ ਨਾਜ਼ਮ ਮਿੰਬਰ ਕਾ ਹੋਣਾ ਬੜਾ ਜ਼ਰੂਰੀ ਹੈ ਵਕਾਰ ਸਾਹਿਬ ਹੈ ਹਮਾਰੀ ਨਾਜ਼ਮ ਮਿੰਬਰ ਮਾਲਿਕ ਉਨਕੋ ਲੰਬੀ ਜ਼ਿੰਦਗੀ ਦੇ
ये ना हो तो हम जैसे छोटे जाकरी, इनका आपके सामने पता नहीं चलता कि हम कौन हैं, इनका बड़ा किरदार होता है। अब जिस तरह ये महफिल सजी है, इस तरह एक और महफिल सजी है, लेकिन सजी कहाँ है वो सुनना। अली के नाम की महफिल सजी शहरे खामोशा में, थे जितने बावफा वो सब के सब महफिल में आ बैठे। फिर निजामत के लिए मौला ने खुद मीसम को बुलवाया, निजामत के लिए मौला ने खुद मीसम को बुलवाया, वो लहजा था कि सब दांतों तले उंगली दबा बैठे। अली वाले नहीं, मकता पढ़ने से पहले मैं शामिल सवाब करना चाहता हूँ रजा रजा सिरसवी साहब ने, जिन्होंने कलाम लिखा, इंडिया के शायर हैं, और मेरे बड़े भाई मेरे उस्ताद जनाब सैयद फरहान अली वारिस, जिन्होंने मुझे कहा कि यहाँ जाओ ये पढ़ कर आओ। अब मकते से पहले एक ऐसा नारा लगाने कि जिसके बाद दिल में ये बात न रहे कि नारे का हक हमने लगाया नहीं, नारे का हक हमने पूरा नहीं किया। दोनों हाथ उठा के मिल के मेरे साथ नारे हाजरी अली वालों।